Thank you.
सिखे के सान सुवास संगने माहे इनाग कुमाई रा यहां तक खालस है गुरु चेते आवे चेते आवर का सरकार सर्व सुख होवे जहां जहां खालसा जी साहेब तहां तहां रक्षे आरे आए देव देव फते बिरद के पैज बंध के जे श्री साहेब जी साहा Yeah.
Bye.
Amen.
Thank you.
ਸਾਹਿਬ ਸਿਉ ਮੈਂ ਅਗਲੀ ਵਾਰ ਬਖਸ਼ ਬੰਦੇ ਨੇ ਹੋਇਆ ਪੁਰਾਣਾ ਚਿਤਾ
ਉਤਾਰਦੇ ਆ ਆਵਾਗਾਉਂ ਦੇ ਚਕਰਾਂ ਤੋਂ ਰਹਿਤ ਕਰਕੇ ਸਦੀਵ ਕਾਲ ਲਈ ਆਪਣੇ ਚਰਨਾਂ ਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਸੂ ਸੰਗਤ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਤੇਰਾ ਭਾਣਾ ਤੂੰ ਹੈ ਮਲਾ ਹੈ ਜਿਸ ਨੂੰ ਭਾਈਆਂ ਦੀਆਂ ਸੇਵਾਵਾਂ ਦੇ ਕੇ ਵਿਚਲਾਉਣੀ ਆ ਫਿਰ ਦਵਾਈਆਂ ਸਬਰੀਆਂ ਕਰਨੀਆਂ ਪਾਤ ਰੱਖਣੀ ਪੜਦੇ ਢੱਕਣੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੇਵ ਸੱਚ ਕੇ ਹਾਜ਼ਰ ਹੈ ਜੀ ਆਪ ਜੀ ਨੂੰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀ ਸੰਗਤ ਦੀ ਰਸਨੀ ਲੈ ਗੋਹੇ ਜੋ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਜਪੇ ਹਰ ਦਾਸਾਂ ਜੋਗਣੀਆਂ ਦਰ ਪ੍ਰਵਾਨ ਕਰਦੇ ਆ ਪਾਵਨ ਹੁਕਮ ਬਖਸ਼ ਕੇ ਸੰਗਤਾਂ ਨੂੰ ਕਿਰਤਾਰਤ ਕਰ ਸੇਈ ਪਿਆਰੇ ਮਿਲਣੇ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈਆ ਕਾਲ ਮੈਂ ਇਸ
ਗੁਰਨੀਤ ਸਿੰਘ ਜੀ ਪ੍ਰਧਾਨ, ਪ੍ਰਕਿਰਤੀ ਸਾਧਕ ਸੁਖਦਰਸ਼ਨ ਤੱਤਜੀ ਸੀਪੀਆਈ ਆਗੂ, ਇਸ ਤੋਂ ਇਲਾਵਾ ਡਾਕਟਰ ਬਰਜਿੰਦਰ ਸਿੰਘ ਹਮਦਾ, ਅਜੀਤ ਸਮੂਹ ਦੇ ਮੁਖੀ, ਉਹਨਾਂ ਨੇ ਕੱਲ੍ਹ ਮੈਨੂੰ ਸਪੈਸ਼ਲ ਫੋਨ 'ਤੇ ਸੰਦੇਸ਼ ਦਿੱਤਾ ਕਿ ਇਹ ਉਹੀ ਟਿਕਾਣਾ ਸਾਹਿਬ ਨੇ ਜਿਨ੍ਹਾਂ ਨੇ ਆਪਣੇ ਨਾਲ ਬੜਾ ਵੱਡਾ ਕੰਮ ਕੀਤਾ। ਅਜੀਤ ਹਰਿਆਵਲ ਲਹਿਰ ਦੇ ਵਿੱਚ ਉਹਨਾਂ ਦਾ ਵੀ ਸੰਦੇਸ਼ ਆਇਆ ਸਾਡੇ ਵਿੱਚ। ਡਾਕਟਰ ਜਸਪਾਲ ਸਿੰਘ ਜੀ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲੇ ਵਾਲਿਆਂ ਦਾ ਸ਼ੋਕ ਸੰਦੇਸ਼ ਆਇਆ। ਭਾਈ ਮਨਵੀਰ ਸਿੰਘ ਜੀ ਸਿੱਧੂ, ਜਿਹੜੇ ਕਿ ਮੁੱਖ ਮੰਤਰੀ ਸਾਹਿਬ ਦੇ ਸਪੈਸ਼ਲ ਸੈਕਟਰੀ ਨੇ, ਉਹਨਾਂ ਦਾ ਪਰਿਵਾਰ ਨਾਲ ਬਹੁਤ ਪਿਆਰਾ, ਉਹ ਵੀ ਸਹਿਯੋਗ ਨੇ। ਮੈਂ ਸਾਰੇ ਹੀ ਸੱਜਣਾਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ ਹੋਇਆ ਇੱਕੋ ਹੀ ਫੈਸਲਾ ਕੀਤਾ ਸਾਰਿਆਂ ਨੇ ਕਿ ਜਟਾਣਾ ਸਾਹਿਬ ਜਿੱਡੇ ਵੱਡੇ ਵਾਤਾਵਰਨ ਪ੍ਰੇਮੀ ਸੀ, ਸੋ ਸਾਰਿਆਂ ਸ਼ਖਸੀਅਤਾਂ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ ਹੋਇਆ ਬ੍ਰਹਮ ਮਹਿੰਦਰਾ ਜੀ ਵੀ ਹਾਜ਼ਰ ਹੋ ਕੇ ਗਏ ਨੇ। ਮੈਂ ਬੇਨਤੀ ਕਰਾਂਗਾ ਉੱਘੇ ਵਾਤਾਵਰਨ ਪ੍ਰੇਮੀ ਜਿਨ੍ਹਾਂ ਨੇ ਵਿਸ਼ਵ ਦੇ ਵਿੱਚ ਨਾਮ ਕਮਾਇਆ ਅਤੇ ਜਿਨ੍ਹਾਂ ਦੇ ਕੰਮ ਨੂੰ ਦੇਖਦਿਆਂ ਹੋਇਆਂ ਸਾਡੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਜੀ ਖੁਦ ਸੀਚੇਵਾਲ ਸਾਹਿਬ ਵਿੱਚ ਪਹੁੰਚੇ। ਇੱਕੋ ਹੀ ਸ਼ਖਸੀਅਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ, ਜਿਨ੍ਹਾਂ ਦੇ ਨਾਲ ਜਟਾਣਾ ਸਾਹਿਬ ਦਾ ਥਾਂ ਪਿਆ ਸੀ, ਉਹ ਆਉਣਗੇ ਅਤੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਸਿਰਫ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ, ਜੇ ਸਾਰੇ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਵਰਗੇ ਬਣ ਜਾਣ ਤਾਂ ਪੰਜਾਬ ਦੇ ਵਿੱਚ ਜਿਹੜੀਆਂ ਵਾਤਾਵਰਨ ਨੂੰ ਚੁਣੌਤੀਆਂ ਪੈਦਾ ਹੋ ਰਹੀਆਂ ਨੇ, ਜੋ ਵਾਤਾਵਰਨ ਗੰਦਲਾ ਹੋ ਰਿਹਾ ਹੈ। ਆਫ ਇੰਡੀਅਨ ਸਰਕਾਰ ਜੀ ਦੇ ਵਾਸਤੇ ਸਾਡੇ ਬਹੁਤ ਹੀ ਕਾਜੋ ਕਰਮਜੀਤ ਸਿੰਘ ਜੀ ਜਟਾਣਾ ਸਾਹਿਬ, ਜੋ ਕੁਛ ਦਿਨ ਪਹਿਲਾਂ ਆਪਾਂ ਸਭ ਨੂੰ ਉਹ ਸਰੀਰਕ ਤੌਰ 'ਤੇ ਇਹੋ ਜਿਹਾ ਮਸ਼ਵਰਾ ਦੇਖੀ ਗਏ ਜੋ ਕਿਸੇ ਦੇ ਸਿਹਤ ਚੇਤੇ ਵੀ ਨਹੀਂ ਸੀ, ਇਹੋ ਜਿਹਾ ਭਾੜਾ ਵਾਪਰਿਆ। ਸੋ ਇਸੇ ਵਾਸਤੇ ਪਾਤਸ਼ਾਹ ਬਾਣੀ ਨੂੰ ਪ੍ਰਮਾਣ ਕਰ ਰਿਹਾ, ਜੈਸਾ ਸੁਪਨਾ ਰਹਿਣ ਦਾ ਪੈਸਾ ਵੈਸੇ ਸੰਸਾਰ, ਜਿਤਨਾ ਰਾਤ ਦਾ ਸੁਪਨਾ ਹੈ ਸੰਸਾਰ ਵੀ ਇਸੇ ਤਰ੍ਹਾਂ ਦਾ। ਕਿਉਂਕਿ ਜਦੋਂ ਵੀ ਕੋਈ ਸੰਸਾਰ ਦੇ ਵਿੱਚ ਅਸੀਂ ਦੇਖਦੇ ਹਾਂਗੇ, ਰੋਜ਼ ਅਸੀਂ ਰਾਤ ਨੂੰ ਸੋਂਦੇ ਹਾਂ ਸਵੇਰ ਨੂੰ ਉੱਠਦੇ ਹਾਂ ਅਤੇ ਰੋਜ਼ ਅਸੀਂ ਨਵਾਂ ਸੰਸਾਰ ਦੇਖਦੇ ਹਾਂ, ਅਤੇ ਜਿਹੜਾ ਇਸ ਦੁਨੀਆ ਦੇ ਵਿੱਚੋਂ ਅੱਖ ਮੀਟ ਜਾਂਦਾ ਉਹ ਮੁੜ ਕੇ ਸੰਸਾਰ ਨੂੰ ਨਹੀਂ ਦੇਖ ਸਕਦਾ। ਆਪਾਂ ਸਾਰੇ ਅੱਜ ਉਹਨਾਂ ਦੀ ਯਾਦ ਵਿੱਚ ਕਿੱਧਰ ਹੋਏ ਹਾਂ, ਪਰ ਉਹ ਸਾਡੇ ਸਰੀਰਕ ਤੌਰ ਦੇ ਵਿੱਚ ਨਹੀਂ। ਸੋ ਉਹਨਾਂ ਦੀ ਜੋ ਸਮਾਜ ਸੇਵਾ, ਉਹਨਾਂ ਦਾ ਕੁਦਰਤ ਦੇ ਨਾਲ ਪਿਆਰ, ਉਹਨਾਂ ਦੀ ਸਮਾਜ ਦੇ ਨਾਲ ਉਹਨਾਂ ਦਾ ਰਿਸ਼ਤਾ, ਉਹਨਾਂ ਦਾ ਕੁਦਰਤ ਦੇ ਨਾਲ ਰਿਸ਼ਤਾ, ਉਹਨਾਂ ਦੀ ਬਾਣੀ, ਉਹਨਾਂ ਦਾ ਸੁਭਾਅ, ਕਿਤੇ ਕੋਈ ਵੀ ਇਨਸਾਨ ਜਿਸ ਵੇਲੇ ਸੰਸਾਰ ਤੋਂ ਜਾਂਦਾ ਉਸ ਵੇਲੇ ਪਤਾ ਲੱਗਦਾ ਕਿ ਉਹਨੇ ਦੁਨੀਆਂ ਦੇ ਵਿੱਚ ਕੀ ਕੁਛ ਕੀਤਾ, ਉਸ ਵੇਲੇ ਉਹਨਾਂ ਦੀ ਕਿੰਨੀ ਕੁ ਸਮਾਜ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਰਹਿੰਦੀਆਂ ਮਹਿਕ ਖਿਲਾਰੀ ਵਧੀਆ ਅਧਿਕਾਰੀ ਸੀ, ਏਅਰਪੋਰਟ ਦੇ ਉੱਪਰ ਤੀਕਰ ਉਹਨਾਂ ਨੇ ਨੌਕਰੀ ਕੀਤੀ, ਕਿਉਂਕਿ ਸਾਡਾ ਲਗਾਅ ਕੁਦਰਤ ਦੇ ਨਾਲ ਆ, ਪਾਣੀਆਂ ਦੇ ਨਾਲ ਆ, ਬੂਟਿਆਂ ਦੇ ਨਾਲ ਆ। ਜਟਾਣਾ ਸਾਹਿਬ ਨੌਕਰੀ ਜੰਗਲਾਤ ਵਿਭਾਗ ਵਿੱਚ ਕਰ ਹੋਣ ਕਰਕੇ ਇਹਨਾਂ ਦੇ ਨਾਲ ਕਾਫ਼ੀ ਸਮੇਂ ਤੋਂ ਸਾਡਾ ਰਿਸ਼ਤਾ ਸੀ। ਆ ਥੋੜ੍ਹੇ ਦਿਨ ਪਹਿਲਾਂ ਵੀ, ਕਿਉਂਕਿ ਅਸੀਂ ਸੀਤੇ ਬਾਣੇ ਵਿੱਚ ਨਰਸਰੀ ਤਿਆਰ ਕਰਕੇ ਵੰਡਣੇ ਬੂਟੇ, ਅਤੇ ਕੋਸ਼ਿਸ਼ ਹੁੰਦੀ ਸੀ ਜਟਾਣਾ ਸਾਹਿਬ ਨੂੰ ਫੋਨ ਕਰਨਾ, ਜਟਾਣਾ ਸਾਹਿਬ ਦੇਹਰਾਦੂਨ ਤੋਂ ਤੁਸੀਂ ਬੀਜ ਲਿਆਉਂਦੇ ਹੋ ਸਾਨੂੰ ਵੀ ਦੇਣੇ। ਸੋ ਵੱਖ ਵੱਖ ਤਰ੍ਹਾਂ ਦੇ ਜੇ ਕਿਤੇ ਬੂਟਿਆਂ ਬਾਰੇ ਪੁੱਛਣਾ ਤਾਂ ਉਹਨਾਂ ਦੇ ਵਾਸਤੇ ਕਿਤੇ ਵੱਡਾ ਸਾਡੇ ਕੋਲ ਅੱਗੇ ਜਾਣ ਦੀ ਲੋੜ ਨਹੀਂ ਹੁੰਦੀ ਸੀ, ਕਿ ਸਾਰਾ ਕੁਛ ਉਹਦੇ ਬਾਰੇ ਸਾਰਾ ਕੁਛ ਜਾਣਦੇ ਸੀ। ਸੋ ਉਹਨਾਂ ਦਾ
ਜਿਹੜਾ ਸੁਭਾਅ, ਉਹਨਾਂ ਦੀ ਜਿਹੜੀ ਭਾਵਨਾ, ਉਹਨਾਂ ਦੇ ਜਿਹੜਾ ਬੋਡੀ ਲੈਂਗੁਏਜ ਜਿਹੜੀ ਸੀ, ਉਹ ਤੋਂ ਅਸੀਂ ਇਹ ਬੜੀ ਹੈਰਾਨਗੀ ਹੋਈ ਸਾਨੂੰ ਜਿਸ ਵੇਲੇ ਜੇਲਰ ਸਾਹਿਬ ਦਾ ਫੋਨ ਗਿਆ ਕਿ ਬਾਬਾ ਜੀ ਆਪਣੇ ਟਿਕਾਣਾ ਸਾਹਿਬ ਦੁਨੀਆਂ 'ਤੇ ਨਹੀਂ ਰਹੇ, ਅਤੇ ਸਾਨੂੰ ਹੈਰਾਨਗੀ ਹੋਈ ਵੀ ਇਹ ਕਿਵੇਂ ਹੋ ਸਕਦਾ, ਕਿਉਂਕਿ ਬਾਬਾ ਨੰਦ ਸਾਰਿਆਂ ਦੇ ਬਾਬਾ ਵੀ ਇਸ ਦੁਨੀਆਂ 'ਤੇ ਜਾਣਾ ਸਦਾ ਰਹਿਣਾ ਨਹੀਂ ਇੱਥੇ। ਰਾਜਾ ਰਾਵ ਤੋਂ ਕੋਲ ਰੰਗ ਨੂੰ ਕੇਰ ਮਾਰੀ ਆਪੋ ਆਪਣੀ, ਕੋਈ ਇਹਦੇ ਬੰਦੇ ਧੀਰ ਕਿਸੇ ਨੇ ਨਹੀਂ ਰਹਿਣਾ। ਜੋ ਆਰਸੋ ਚੱਲ ਸੀ ਸਭ ਕੀ ਆ, ਸਭ ਕੋ ਆਈ ਵਾਰੀ, ਸਾਰਿਆਂ ਦੀ ਵਾਰੀ ਆਉਣੀ ਹੈ, ਸਾਰਿਆਂ ਨੇ ਜਾਣਾ। ਪਰ ਜਿੰਨੇ ਕੁ ਸਵਾਸ ਸਾਨੂੰ ਮਿਲੇ, ਉਹ ਸਵਾਸ ਸਾਡੇ ਕਿਹੜੇ ਪਾਸੇ ਲੱਗਦੇ ਆ, ਉਹ ਗੁਰੂ ਦੀ ਯਾਦ ਵਿੱਚ ਲੱਗਦੇ ਆ, ਉਹ ਸੇਵਾ 'ਚ ਲੱਗਦੇ ਆ, ਉਹ ਸਿਮਰਨ 'ਚ ਲੱਗਦੇ ਆ, ਉਹ ਸਤਸੰਗ 'ਚ ਲੱਗਦੇ ਆ, ਉਹ ਸਮਾਜ ਦੇ ਭਲੇ ਵਾਸਤੇ ਲੱਗਦੇ ਆ, ਉਹ ਦੇਸ਼ ਦੇ ਭਲੇ ਵਾਸਤੇ ਲੱਗਦੇ ਆ, ਉਹ ਗਰੀਬਾਂ ਦੇ ਭਲੇ ਵਾਸਤੇ ਲੱਗਦੇ ਆ, ਉਹ ਦੁਖੀਆਂ ਦੇ ਭਲੇ ਵਾਸਤੇ ਲੱਗਦੇ ਆ। ਇਹ ਜਿਹੜੀ ਜੀਵਨ ਦੇ ਵਿੱਚ ਮਨ ਸਾਣੀ ਕਿਰਸਾਣੀ ਕਰਨੀ, ਸਰਬ ਬਾਣੀ ਤਨਖੇਤ ਦੇ ਨਾਮ ਵੀ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ ਕਿਰਤ ਕਰਨੀ, ਨਾਮ ਜਪਣਾ ਵੰਡ ਸਕਣਾ, ਇਹ ਸਾਡੇ ਸਤਿਗੁਰਾਂ ਨੇ ਸੰਦੇਸ਼ ਦਿੱਤਾ। ਕਿਉਂਕਿ ਇੰਨੇ ਗੁਣਾਂ ਦੇ ਮਾਲਕ, ਗੁਣਾਂ ਦਾ ਖਜ਼ਾਨਾ ਟਿਕਾਣਾ ਸਾਹਿਬ ਜੀ ਦੇ ਕੋਲ ਬਹੁਤ ਵੱਡਾ ਨੌਲੇਜ ਸੀ, ਜਿੱਥੇ ਉਹ ਸਮਾਜ ਵਾਸਤੇ, ਇਨਵਾਇਰਮੈਂਟ ਵਾਸਤੇ ਉਹਨਾਂ ਦਾ ਬਹੁਤ ਵੱਡਾ, ਉਹਨਾਂ ਦੇ ਜਾਣ ਦੇ ਨਾਲ ਉਹਨਾਂ ਦੇ ਸਾਕੀ ਸੰਬੰਧੀਆਂ ਨੂੰ, ਦੋਸਤਾਂ ਨੂੰ ਘਾਟਾ, ਉੱਥੇ ਬਹੁਤ ਵੱਡਾ ਪਰਿਆਵਰਨ ਨੂੰ ਵੀ ਉਹਨਾਂ ਦਾ ਘਾਟਾ ਉੱਥੇ, ਕਿਉਂਕਿ ਮਾਂ ਬੱਚਿਆਂ ਵਾਸਤੇ ਮਾਂ ਬਾਪ ਦਾ ਆਸੀਸ ਦੇ ਉੱਤੇ ਹੱਥ, ਆਸ਼ੀਰਵਾਦ, ਉਹ ਭਾਵੇਂ ਬੱਚੇ ਕਿਤੇ ਸਿਆਣੇ ਹੋ ਜਾਣ, ਉਹ ਹਮੇਸ਼ਾ ਮਾਂ ਬਾਪ ਦੇ ਆਸ਼ੀਰਵਾਦ ਤੋਂ ਬਿਨਾਂ ਜੀਵਨ ਅਧੂਰਾ ਹੈ। ਸੋ ਲੜਕੀਆਂ ਵਾਸਤੇ, ਲੜਕੇ ਵਾਸਤੇ, ਉਹਨਾਂ ਦੇ ਪਰਿਵਾਰ ਵਾਸਤੇ ਉਹ ਜਿਹੜਾ ਘਾਟਾ ਇੱਕ ਦਿਨ ਪੂਰਾ ਨਹੀਂ ਹੋ ਸਕਦਾ। ਜਿੱਥੇ ਪਰਿਵਾਰ ਨੂੰ ਘਾਟਾ ਪਿਆ, ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਕਹਿੰਦੇ ਨੂੰ ਸੱਟ ਵੱਜੀ ਹੈ, ਕਿਉਂਕਿ ਇਹ ਇਹੋ ਜਿਹਾ ਦੁੱਖ ਆ ਕਿ ਜਿਹਨੂੰ ਆਪਾਂ ਧਰਵਾਸ ਦੇ ਸਕਦੇ ਹਾਂ, ਇਹਦੇ ਵਾਸਤੇ ਆਪਾਂ ਗੁਰੂ ਦੇ ਚਰਨਾਂ 'ਚ ਅਰਦਾਸ ਕਰ ਸਕਦੇ ਹਾਂ, ਪਰ ਇਹ ਘਾਟਾ ਨਾ ਪੂਰਾ ਪੈਣ ਵਾਲਾ ਘਾਟਾ, ਇਸ ਨੂੰ ਆਪਾਂ, ਕਿਉਂਕਿ ਜਿਹੜਾ ਗੁਰੂ ਦਾ ਹੁਕਮ ਆ, ਪਰਮੇਸ਼ੁਰ ਦਾ ਹੁਕਮ ਆ, ਉਹਨੂੰ ਕੋਈ ਟਾਲ ਨਹੀਂ ਸਕਦਾ, ਕਿਉਂਕਿ ਹੁਕਮ ਮੰਨੀਏ ਅਤੇ ਤਾਂ ਹੀ ਜਿਹੜਾ ਹੈ ਮਨ ਸੁਖੀ ਰਹਿ ਸਕਦਾ। ਸੋ ਇਸੇ ਵਾਸਤੇ ਪਾਤਸ਼ਾਹ ਜੀ ਦੇ ਭਾਣੇ ਵਿੱਚ ਵੱਡੀ ਵਡਿਆਈ ਭਾਣਾ ਕਿਸੇ ਕਰਾਏ ਦਾ, ਸਤਿਗੁਰ ਕਿਰਪਾ ਕਰਨ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਦੋਸਤਾਂ ਮਿੱਤਰਾਂ ਸਾਥ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਕਿਉਂਕਿ ਇਹੋ ਜਿਹਾ ਮਹਾਨ ਸ਼ਖਸੀਅਤਾਂ ਦੇ ਨਾਮ ਪਰਿਵਾਰ ਬਹੁਤ ਵੱਡਾ ਸਮਾਜ ਨੂੰ ਘਾਟਾ ਪੈਂਦਾ, ਬਹੁਤ ਵੱਡਾ ਪਰਿਆਵਰਨ ਨੂੰ ਘਾਟਾ ਪਿਆ, ਇਹ ਨਾ ਪੂਰਾ ਹੋਣ ਵਾਲਾ ਘਾਟਾ। ਅਤੇ ਆਪਾਂ ਸਾਰੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨ ਵਾਸਤੇ ਇਕੱਠੇ ਹੋਏ ਹਾਂ। ਜਿਹੋ ਸੱਜਣ ਅਸੀਸ ਵੀ ਆ, ਜੋ ਗੋਬਿੰਦ ਸਿੰਘ ਸੋ ਗਏ, ਪਾਤਸ਼ਾਹ ਕਿਰਪਾ ਕਰਨ, ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਅਸੀਂ ਸਾਰੇ ਆਏ ਸੰਗਤ ਦਾ, ਜਿਹਨੇ ਜਨਮ ਚੱਲ ਕੇ ਆਏ, ਜਿਹਨਾਂ ਰਸਤਿਆਂ ਤੋਂ ਚੱਲ ਕੇ ਆਏ, ਉਹਨਾਂ ਰਸਤਿਆਂ ਦਾ, ਉਹਨਾਂ ਰਾਹਾਂ ਦਾ, ਆਪਣੇ ਕਦਮਾਂ ਦਾ ਰੱਖਦੇ ਜੋ ਧੰਨਵਾਦ ਕਰਦੇ ਹਾਂ। ਸਾਰੇ ਹੀ ਰਾਜਨੀਤਿਕ ਲੀਡਰ ਸਾਹਿਬਾਨ, ਸਾਰੇ ਹੀ ਧਾਰਮਿਕ ਲੀਡਰ ਸਾਹਿਬਾਨ, ਸਾਰੇ ਹੀ ਜੰਗਲਾਤ ਵਿਭਾਗ ਅਤੇ ਉਹਨਾਂ ਦੇ ਸਾਰੇ ਹੀ ਜਿਹੜਾ ਸਕੇ ਸੰਬੰਧੀ ਜੋ ਵੀ ਜਿੱਥੋਂ ਜਿੱਥੋਂ ਵੀ ਆਏ, ਸਭ ਦਾ ਅਸੀਂ ਧੰਨਵਾਦ ਕਰਦੇ ਹਾਂ। ਚੰਦਰਬਾਦਰ ਸਾਹਿਬ, ਰੱਖਾ ਸਾਹਿਬ, ਹੋਰ ਵੱਖ ਵੱਖ ਪਾਰਟੀਆਂ ਤੋਂ ਹਰ ਦੇ ਨਾਲ ਉਹਨਾਂ ਦਾ ਦਿਲੀ ਰਿਸ਼ਤਾ ਸੀ, ਅਤੇ ਹਰ ਕੋਈ ਦਿਲੋਂ ਜਿਸ ਤਰ੍ਹਾਂ ਉਹ ਲੱਗਦਾ ਕਿ ਹਰ
ਕਰਦਾ ਹੈ ਉਹ ਲੱਗਦਾ ਕਿ ਉਹਨਾਂ ਦਾ ਕੁਛ ਇੱਥੋਂ ਗੁਆਚ ਗਿਆ। ਇਹਨਾਂ ਉਹਨਾਂ ਦੇ ਜਾਣ ਦੇ ਨਾਲ ਬਹੁਤ ਵੱਡਾ ਹਰ ਇੱਕ ਦਿਲ ਨੂੰ ਦੁੱਖ ਹੋਇਆ, ਪਰ ਇਹ ਦੁੱਖ ਜਿਹੜਾ ਹੈ ਗੁਰੂ ਕਿਰਪਾ ਕਰਨ ਮਿਹਰ ਕਰਨ ਇਸ ਦੁੱਖ ਨੂੰ ਜਾਣ ਦਾ ਭਾਣਾ ਮੰਨਣ ਦਾ ਸਤਿਗੁਰੂ ਬਾਬੂ ਜੀ ਬਲ ਬਖਸ਼ਣ। ਸਭ ਦਾ ਸਾਡੇ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਪ੍ਰੋਫੈਸਰ ਪ੍ਰੇਮ ਸਿੰਘ ਜੀ ਜੱਦੂਮਾਜਰਾ ਮੈਂਬਰ ਪਾਰਲੀਮੈਂਟ ਸਾਡੇ ਦਰਮਿਆਨ ਪਹੁੰਚੇ ਨੇ, ਉਹਨਾਂ ਦੇ ਨਾਲ ਨਰਦੇਵ ਸਿੰਘ ਜੀ ਆਕੜੀ, ਉਹ ਵੀ ਸਾਡੇ ਦਰਮਿਆਨ ਨੇ, ਕਿਉਂਕਿ ਇਸ ਵੇਲੇ ਟਿਕਾਣਾ ਸਾਹਿਬ ਆਮ ਆਦਮੀ ਪਾਰਟੀ ਬਹੁਤ ਵੱਡੀ ਜੋ ਕੈਂਡੀਡੇਟ ਸਨ ਉਹਨਾਂ ਦੇ ਬਿਲਕੁਲ ਨਜ਼ਦੀਕੀ ਨਾਜਰ ਸਿੰਘ ਜੀ ਮਾਨਸਾਈਆ, ਇਹ ਇਸ ਕਰਕੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੀ ਵੱਡੀ ਪੱਧਰ 'ਤੇ ਇੱਥੇ ਪਹੁੰਚੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਖਾਸ ਕਰ ਟਿਕਾਣਾ ਸਾਹਿਬ ਜਿਹੜਾ ਕਿਸਾਨ ਵਿੱਚ ਸੀ ਉਹਦੇ ਵੀ ਪ੍ਰਧਾਨ ਸਨ, ਉਹਨਾਂ ਦੇ ਪ੍ਰਧਾਨ ਸਾਹਿਬ ਕੈਪਟਨ ਗੁਰਵਿੰਦਰ ਸਿੰਘ ਜੀ ਕੰਗ, ਉਹ ਇੱਥੇ ਪਹੁੰਚੇ ਹੋਏ ਨੇ। ਸ੍ਰੀ ਰੋਮੀ ਭਾਟੀਆ ਜੀ, ਭਾਟੀ ਜੀ ਸੈਂਟਰਲ ਅਬਜ਼ਰਵਰ, ਸ੍ਰੀ ਅਜੀਤਪਾਲ ਸਿੰਘ ਜੀ ਅਤੇ ਮਨੀਸ਼ ਹੁੱਡਾ ਜੀ ਉਹ ਵੀ ਪਹੁੰਚੇ ਨੇ, ਉਹਨਾਂ ਦਾ ਵੀ ਇੱਥੇ ਬਹੁਤ ਬਹੁਤ ਧੰਨਵਾਦ ਕਰਦਾ। ਇਸ ਤੋਂ ਇਲਾਵਾ ਬਾਬਾ ਬੋਧ ਸਿੰਘ ਜੀ ਦੇ ਮਾਮਾ ਜੀ ਜਿਹੜੇ ਕਿ ਬਾਬਾ ਬੋਧ ਸਿੰਘ ਜੀ ਘੁੱਡੂਵਾਲਾ ਵਾਲੇ ਨੇ, ਉਹ ਵੀ ਇੱਥੇ ਪਹੁੰਚੇ ਹੋਏ ਨੇ। ਕੁਲਦੀਪ ਕੁਮਾਰ ਜੀ ਆਈ ਐਫ ਐਸ ਪ੍ਰਧਾਨ ਮੁੱਖਮੰਤਰੀ, ਜਿਸ ਮਹਿਕਮੇ ਚੋਂ ਜਗਰਾਣਾ ਸਾਹਿਬ ਰਿਟਾਇਰ ਹੋਏ, ਉਹ ਪਹੁੰਚੇ। ਗੁਰਵੀਰ ਸਿੰਘ ਜੀ, ਬਾਲਾ ਜੀ ਰਿਟਾਇਰਡ ਪੀ ਸੀ ਸੀ ਐਫ, ਕੁਲਦੀਪ ਕੁਮਾਰ ਸਿੰਘ ਦੇ ਹੋਏ। ਮੈਂ ਪ੍ਰੋਫੈਸਰ ਕਿਰਪਾਲ ਸਿੰਘ ਜੀ ਮੁੰਡਰ ਨੂੰ ਬੇਨਤੀ ਕਰਾਂਗਾ ਕਿ ਉਹਨਾਂ ਨੇ ਜੋ ਦਸਤਾਰ ਬੇਟੇ ਦਿਲਜੋਤ ਨੂੰ ਦੇਣੀ ਹੈ ਉਹ ਦਸਤਾਰ ਦੀ ਰਸਮ ਅਦਾ ਕਰ ਦੇਣ, ਉਸ ਤੋਂ ਬਾਅਦ ਸਾਡਾ ਬੇਟਾ ਦਿਲਜੋਤ ਖੁਦ ਆਪਣੇ ਪਿਤਾ ਦੇ ਇਸ ਦਿਲਜਲੀ ਸਮਾਰੋਹ ਦਾ ਸਾਰਿਆਂ ਦਾ ਧੰਨਵਾਦ ਕਰੇਗਾ। ਮੈਂ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਸ਼ਖਸੀਅਤਾਂ ਉਹਨਾਂ ਦੇ ਨਾਲ ਕਟਨਾ ਸਾਹਿਬ ਜਦੋਂ ਬਾਜਾ ਸਾਹਿਬ ਸਾਰੇ ਆ ਜਾਣ, ਉਹ ਬੇਟੇ ਨੂੰ ਜਿਹੜੀ ਹੈ ਦਸਤਾਰ ਦੀ ਰਸਮ ਅਦਾ ਕਰਨ, ਕਿ ਬਾਬਾ ਸਿੰਘ ਜੀਵਾਲ ਸਾਹਿਬ ਜੀ ਨਾਲ ਆ ਜਾਣ। ਆਪਣੇ ਬਜਾਜ ਸਾਹਿਬ ਨਰਿੰਦਰ ਸਿੰਘ ਜੀ ਚਾਹਲ ਸਾਹਿਬ ਸਾਰੇ ਆ ਜਾਣ ਜਦੋਂ ਸਾਹਿਬ, ਤੋਂ ਬੇਟੇ ਨੂੰ ਦਸਤਾਰ ਦੀ ਰਸਮ ਅਦਾ ਕੀਤੀ ਜਾ ਰਹੀ ਹੈ। ਸਾਰਿਆਂ ਦੇ ਨਾਮ ਸਤਿੰਦਰਪਾਲ ਗਰਗ ਜੀ ਆ ਗਿਆ, ਮੇਰੇ ਕੋਲ ਬਹੁਤ ਸਾਰੀਆਂ ਸੰਸਥਾਵਾਂ ਦੇ ਸ਼ੋਕ ਸੰਦੇਸ਼ ਆਏ ਨੇ, ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਕੋਲ ਸ਼ੋਕ ਸੰਦੇਸ਼ ਪਹੁੰਚਿਆ। ਤੁਸੀਂ ਸਾਰਿਆਂ ਦਾ ਇੱਕ ਇੱਕ ਕਦਮ ਸਿਰਮੱਥੇ ਕੁਝ ਸਖੀਤਾ ਦੇ ਨਾਲ ਲਏ ਗਏ, ਲੇਕਿਨ ਸਾਰਿਆਂ ਨੇ ਸਖੀਤਾ ਸਾਡੇ ਵਾਸਤੇ ਬਹੁਤ ਸਤਿਕਾਰਯੋਗ ਨੇ। ਹੁਣ ਮੈਂ ਦਿਲਜੋਤ ਨੂੰ ਬੇਨਤੀ ਕਰਾਂਗਾ ਕਿ ਬੇਟਾ ਤੁਸੀਂ ਆਓ ਆਪਣੇ ਪਾਪਾ ਦੀ ਸਰਦਾਰੀ ਸਭਾ ਦੇ ਵਿੱਚ, ਤੁਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ। ਖਾਲਸਾ ਸਿਵਾਇਕ ਦੀ ਫਤਿਹ। ਮੇਰੇ ਪਿਤਾ ਸ੍ਰੀ ਕਰਮ ਸਿੰਘ ਗਜਾਣਾ ਜੀ, ਉਹਨਾਂ ਨੇ ਵਾਤਾਵਰਨ ਵਾਸਤੇ ਵਣ ਵਿਭਾਗ ਵਿੱਚ ਰਾਜਨੀਤਿਕ ਫੀਲਡ 'ਚ ਬਹੁਤ ਕੰਮ ਕੀਤਾ ਜੀ। ਉਹਨਾਂ ਦੇ ਇੱਥੇ ਨਾਲ ਕੰਮ ਕਰਦੇ ਹੋਏ ਉਹਨਾਂ ਦੇ ਦੋਸਤ ਮਿੱਤਰ, ਉਹਨਾਂ ਦੇ ਨਾਲ ਕੰਮ ਕਰਦੇ ਮੋਢੇ ਨਾਲ ਲੱਗਦੇ ਮੋਢਾ ਦੁੱਤੇ ਹੋਏ, ਉਹਨਾਂ ਦੇ ਸੱਤੇ ਨੂੰ ਸਵੀਕਾਰ ਕਰਨ ਵਿੱਚ ਬਹੁਤ ਹੀ ਵੱਡਾ ਰੋਲ ਪਲੇ ਕਰਦੇ ਹੋਏ, ਬਹੁਤ ਉਹਨਾਂ ਦੇ ਦੋਸਤ ਆਏ ਨੇ, ਉਹਨਾਂ ਨੂੰ ਸਾਡੇ ਸਾਰਾ ਜਗਾਣਾ ਪਰਿਵਾਰ ਵੱਲੋਂ ਜੀ ਧੰਨਵਾਦ ਜੀ। ਕੁਛ ਆਪ ਪਿੱਛੇ ਜੇ ਕੁਛ ਦੋ ਚਾਰ ਦਿਨਾਂ 'ਚ ਜੀ ਪਿਤਾ ਜੀ ਦੇ ਜਾਣ ਤੋਂ ਬਾਅਦ ਜੀ ਬਹੁਤ ਲੋਕ ਘਰ ਆਏ ਜੀ, ਬਹੁਤ ਲੋਕਾਂ ਨੇ ਸਾਨੂੰ ਸਪੋਰਟ, ਬਹੁਤ ਲੋਕਾਂ ਨੇ ਹੁੰਗਾਰਾ ਭਰਿਆ ਜੀ, ਉਹਨਾਂ ਨੂੰ ਸਾਡੀ ਬਹੁਤ ਥੈਂਕ ਯੂ। ਅਤੇ ਅਸੀਂ ਇਹ ਆਸ ਰੱਖਾਂਗੇ ਕਿ ਜਿਹੜੇ ਉਹਨਾਂ ਦੇ ਕੰਮ ਅਧੂਰੇ ਰਹਿ ਗਏ, ਕਿਉਂਕਿ ਜੇ ਅਸੀਂ ਇਹ ਸਮਝਦੇ ਹਾਂ ਉਹਨਾਂ ਦੇ ਦੋਸਤ ਮਿੱਤਰ ਵੀ ਸਾਡੇ ਨਾਲ ਇਹ ਗੱਲ ਕਰਕੇ ਜਾਂਦੇ ਰਹੇ ਕਿ ਹਜੇ ਉਹਨਾਂ 'ਚ ਬਹੁਤ ਕੰਮ ਬਾਕੀ ਰਿਹਾ ਸੀ, ਹਜੇ ਉਹਨਾਂ ਨੇ ਬਹੁਤ ਕੁਛ ਕਰਨਾ ਸੀ, ਹਜੇ ਉਹਨਾਂ ਦੇ ਕਈ ਸਮੇਂ ਅਧੂਰੇ ਰਹਿ ਗਏ। ਅਸੀਂ ਇਹ ਆਸ ਰੱਖਾਂਗੇ, ਸਾਰਾ ਜਟਾਣਾ ਪਰਿਵਾਰ ਇਹ ਆਸ ਰੱਖੇਗਾ ਜੀ ਕਿ ਤੁਸੀਂ ਜਿਵੇਂ ਉਹਨਾਂ ਦਾ ਸਾਥ ਦਿੰਦੇ ਰਹੇ, ਉਹਨਾਂ ਨਾਲ ਮੋਢੇ ਦੇ ਮੋਢਾ ਲਾ ਕੇ ਤੁਰਦੇ ਰਹੇ, ਉਵੇਂ ਤੁਸੀਂ ਉਹੀ ਸੂਝਬੂਝ ਨਾਲ ਮੇਰੇ ਸਿਰ 'ਤੇ ਵਿਵਹਾਰ ਕਰੋਗੇ ਅਤੇ ਮੈਨੂੰ ਆਪਣੀ ਗਾਈਡੈਂਸ ਨਾਲ ਮੇਰੇ ਪਿਤਾ ਜੀ ਦੇ ਸਾਰੇ ਸੁਪਨੇ ਪੂਰਨ ਕਰਨ ਦਾ ਮੌਕਾ ਦਿਓਗੇ। ਇੱਥੇ ਹੀ ਸਾਧ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਜੀ। ਉਹਨਾਂ ਨੇ ਇਹ ਜਿਹੜੇ ਖਾਨਦਾਨ 'ਚੋਂ ਉਭਰੇ ਜੀ, ਉਹ ਕਦੇ ਉਹਨਾਂ ਦੇ ਮਸਤੀ ਕਰਦੀ ਸੀਗੀ, ਉਹ ਤੁਹਾਡੇ ਸਾਰਿਆਂ ਦੇ ਸਾਥ ਕਰਕੇ, ਤੁਹਾਡੇ ਸਾਰਿਆਂ ਦੀ ਹਮਾਇਤ ਕਰਕੇ ਉਹ ਇੱਥੇ ਤੱਕ ਪਹੁੰਚ ਸਕੇ ਜੀ। ਅਸੀਂ ਇਹ ਆਸ ਰੱਖਾਂਗੇ ਵੀ ਤੁਸੀਂ ਸਾਰੇ ਉਹੀ ਹੱਥ ਮੇਰੇ ਸਿਰ 'ਤੇ ਧਰੋਗੇ ਤਾਂ ਕਿ ਮੈਂ ਉਹ ਕਾਰਜ ਜਿਹੜੇ ਕਈ ਉਹਨਾਂ ਨੇ ਸ਼ੁਰੂ ਕੀਤੇ ਹੋਏ ਪੂਰੇ ਨਾ ਹੋ ਸਕੇ,
ਵੀ ਮੈਂ ਪੂਰੇ ਕਰ ਸਕਾਂ। ਇੱਥੇ ਆਉਣ ਵਾਸਤੇ ਧੰਨਵਾਦ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਆਰਟੀ ਐਸੋਸੀਏਸ਼ਨ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਇੱਥੇ ਪਹੁੰਚੀ। ਮੈਨੂੰ ਪਤਾ ਲੱਗਿਆ ਕਿ ਪ੍ਰੋਫੈਸਰ ਸਾਧੂ ਸਿੰਘ ਜੀ ਐਨ ਪੀ ਆਮ ਆਦਮੀ ਪਾਰਟੀ ਉਹ ਪਹੁੰਚ ਚੁੱਕੇ ਨੇ। ਇਹ ਸਾਰੀਆਂ ਸਖੀਤਾਂ ਜਿਹੜੀਆਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਨੇ ਉਹ ਬੇਟਾ ਦਲਜੋਤ ਦਸਤਾਰ ਦੇ ਨਾਲ ਚੁੱਕੇ ਨੇ। ਮੈਂ ਬੇਨਤੀ ਕਰਾਂਗਾ ਕੈਪਟਨ ਗੁਰਲਿੰਦਰ ਸਿੰਘ ਜੀ ਕੱਲ੍ਹ ਜਿਮਖਾਨਾ ਕਲੱਬ ਐਸੋਸੀਏਸ਼ਨ, ਰਾਈਡਰਸ ਵੈਲਫੇਅਰ ਐਸੋਸੀਏਸ਼ਨ,